ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਤੇ ਹੋ ਸ਼ੁਪਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਕਿੰਗ ਐਂਟਰਟੇਨਮੈਂਟ ਟੈਲੀਵਿਜ਼ਨ, ਜਿੱਥੇ ਤੁਹਾਨੂੰ ਮਿਲਣ ਵਾਲੀ ਬਾਲੀਵੁੱਡ ਤੇ ਪੋਲੀਵੁੱਡ ਜੁੜੀਆਂ ਹਰ ਇੱਕ ਲੇਟੈਸਟ ਅਪਡੇਟ। ਜੇ ਤੁਸੀਂ ਸਾਡੇ ਚੈਨਲ ਤਾਂ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਇੱਥੇ ਬੈਲ ਆਈਕਨ ਨੂੰ ਪ੍ਰੈਸ ਕਰ ਲਵੋ ਤਾਂ ਕਿ ਤੁਹਾਡੇ ਤੋਂ ਕੋਈ ਵੀ ਅਪਡੇਟ ਮਿਸ ਨਾ ਹੋ ਜਾਵੇ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਧੀ ਮੇਜਰ ਅਪਡੇਟ ਵੱਲ। ਇਹ ਅਪਡੇਟ ਜਿਹੀ ਹੈ ਪੰਜਾਬੀ ਸਿੰਗਰ ਗੁਣਤਾਜ ਡੀ ਵੱਲੋਂ, ਜਿਹਨਾਂ ਇੱਕ ਨਵੇਂ ਪੰਜਾਬੀ ਸੌਂਗ ਦੀ ਅਨਾਊਂਸਮੈਂਟ ਕਰ ਦਿੱਤੀ ਹੈ, ਜਿਸ ਦਾ ਟਾਈਟਲ ਹੈ ਰਾਈਟ ਟਿਲ ਡੈਥ। ਤੇ ਜੇ ਸੌਂਗ ਦੇ ਕ੍ਰੈਡਿਟ ਦੀ ਗੱਲ ਕਰੀਏ, ਇਸ ਨੂੰ ਗਾਇਆ ਗਿਆ ਹੈ ਗੁਣਤਾਜ ਡੀ ਵੱਲੋਂ, ਮਿਊਜ਼ਿਕ ਦਿੱਤਾ ਗਿਆ ਹੈ ਵੈਸਟਰਨ ਪੇਂਡੂਜ਼ ਵੱਲੋਂ ਅਤੇ ਲਿਰਿਕਸ ਲਿਖੇ ਗਏ ਮਹਿਲ ਕੋਟ ਵਾਲਾ ਵੱਲੋਂ। ਇਸਦੀ ਡਾਇਰੈਕਸ਼ਨ ਕੀਤੀ ਗਈ ਹੈ ਗੁੱਗੀ ਸੇਖੋ, ਇਸਨੂੰ ਡਾਇਰੈਕਟ ਕੀਤਾ ਗਿਆ ਹੈ ਗੱਗੀ ਸੇਖੋ ਵੱਲੋਂ ਅਤੇ ਇਸਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ ਜੋਧ ਸਿੰਘ ਜੋਹਲ ਵੱਲੋਂ। ਤੁਹਾਨੂੰ ਦੱਸ ਦਈਏ, ਇਹ ਜੋ ਸੌਂਗ 23 ਸਤੰਬਰ ਨੂੰ ਰਮਜ਼ ਮਿਊਜ਼ਿਕ ਐਂਡ ਫਿਲਮਸ ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕਰ ਦਿੱਤਾ ਜਾਵੇਗਾ। ਸੋ ਕੌਣ ਕੌਣ ਇੰਤਜ਼ਾਰ ਕਰ ਰਿਹਾ ਹੈ ਗੁਣਤਾਜ ਡੀ ਦੇ ਇਸ ਨਵੇਂ ਪੰਜਾਬੀ ਸੌਂਗ ਰਾਈਡ ਟਿਲ ਡੈਥ ਦਾ? ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ। ਸੋ ਕਿਵੇਂ ਲੱਗੀ ਤੁਹਾਨੂੰ ਸਾਡੀ ਅਪਡੇਟ? ਤੁਸੀਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਜੇ ਤੁਸੀਂ ਵੀ ਉਹ ਸਿੰਗਰ, ਰਾਈਟਰ, ਐਕਟਰ ਜਾਂ ਫਿਲਮ ਇੰਡਸਟਰੀ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਹੋ ਅਤੇ ਤੁਸੀਂ ਵੀ ਆਪਣੇ ਇੰਟਰਵਿਊ ਕਿੰਗ ਐਂਟਰਟੇਨਮੈਂਟ ਟੈਲੀਵਿਜ਼ਨ ਤੋਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਡਿਸਕ੍ਰਿਪਸ਼ਨ ਦਿੱਤੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ ਅਤੇ ਨਾਲ ਦੇ ਨਾਲ ਸਾਡੇ ਚੈਨਲ ਸਬਸਕ੍ਰਾਈਬ ਕਰ ਲਵੋ ਤਾਂ ਕਿ ਤੁਹਾਡੇ ਤੋਂ ਕੋਈ ਵੀ ਅਪਡੇਟ ਮਿਸ ਨਾ ਹੋ ਜਾਵੇ। ਥੈਂਕਸ ਫੋਰ ਵਾਚਿੰਗ, ਕੀਪ ਸ਼ੇਅਰਿੰਗ।